ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਪੁਲਿਸ ਦੀ ਵੱਡੀ ਲਾਪਰਵਾਹੀ, ਗੱਡੀ 'ਚ ਡਿੱਗਦਾ ਰਿਹਾ ਸੜਕ ਤੇ ਡੀਜ਼ਲ, ਪਰ ਕਿਸੇ ਨਾ ਦਿੱਤਾ ਧਿਆਨ। ਡੀਜ਼ਲ ਤੋਂ ਫਿਸਲਣ ਕਰਕੇ ਕਈ ਲੋਕਾਂ ਦੇ ਲੱਗੀਆਂ ਸੱਟਾਂ। ਕਾਫੀ ਮਾਮਲਾ ਮੇਰੇ ਧਿਆਨ 'ਚ ਨਹੀਂ ਹੈਗਾ, ਉਹਨੇ ਤੁਸੀਂ ਮੈਨੂੰ ਦਿਖਾਇਆ ਵਾ ਆਪਣੇ ਮੋਬਾਈਲ ਤੋਂ, ਅਤੇ ਉਹ ਤਾਂ ਵੈਰੀਫਾਈ ਕਰਦੇ ਹਾਂ ਕੀ ਗੱਲ ਹੈ, ਕਿੱਦਾਂ ਕਿਹਦੀ ਲਾਪਰਵਾਹੀ ਹੈ, ਇਸ 'ਤੇ ਬਣਦੀ ਕਾਰਵਾਈ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ, ਗੁਰਪਿਆਰਾ ਜਲੰਧਰ ਦੇ ਕਿਸ਼ਨਪੁਰਾ ਚੌਂਕ 'ਚੋਂ ਲੰਘ ਰਹੀ ਪੰਜਾਬ ਪੁਲਿਸ ਦੀ ਇੱਕ ਗੱਡੀ 'ਚੋਂ ਡੀਜ਼ਲ ਦੀ ਕੈਨੀ ਲੀਕ ਹੋ ਰਹੀ ਸੀ, ਜਿਸ ਦੇ ਬਾਰੇ ਪੁਲਿਸ ਕਰਮੀਆਂ ਨੂੰ ਪਤਾ ਹੀ ਨਹੀਂ ਲੱਗਿਆ, ਜਿਸ ਦੇ ਸੜਕ ਉੱਤੇ ਡੁੱਲ ਜਾਣ ਦੀ ਸੂਚਨਾ ਮਿਲੀ ਹੈ। ਸਾਡੀ ਸੜਕ ਉੱਤੇ ਡੀਜ਼ਲ ਰੁੜ ਜਾਣ ਕਾਰਨ ਵਾਹਨਾਂ 'ਤੇ ਜਾ ਰਹੇ ਕਈ ਲੋਕ ਫਿਸਲ ਕੇ ਡਿੱਗ ਪਏ, ਜਿਨ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਫਿਰ ਵੀ ਉਹਨਾਂ ਦੇ ਕਾਫ਼ੀ ਸੱਟਾਂ ਲੱਗੀਆਂ। ਜਾਣਕਾਰੀ ਅਨੁਸਾਰ ਪੁਲਿਸ ਦੀ ਗੱਡੀ ਵਿੱਚ ਸਵਾਰ ਅਧਿਕਾਰੀਆਂ ਨੂੰ ਪਤਾ ਹੀ ਨਹੀਂ ਲੱਗਿਆ ਸੀ ਕਿ ਉਹਨਾਂ ਦੀ ਗੱਡੀ 'ਚ ਪਈ ਡੀਜ਼ਲ ਦੀ ਕੇਨੀ ਰੁੜ ਰਹੀ ਹੈ, ਅਤੇ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਿਆ ਉਦੋਂ ਤੱਕ ਡੀਜ਼ਲ ਦੀ ਭਰੀ ਹੋਈ ਪੂਰੀ ਕੇਨੀ ਖਾਲੀ ਹੋ ਚੁੱਕੀ ਸੀ ਅਤੇ ਸਾਰੀ ਸੜਕ ਉੱਤੇ ਡੀਜ਼ਲ ਹੀ ਡੀਜ਼ਲ ਹੋ ਗਿਆ ਸੀ, ਜਿੱਥੋਂ ਜਿੱਥੋਂ ਗੱਡੀ ਲੰਘ ਕੇ ਗਈ ਸੀ। ਇਸ ਮਾਮਲੇ ਸੰਬੰਧੀ ਜਦੋਂ ACP ਨਾਰਥ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਪਤਾ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਹਿਸਾਬ ਨਾਲ ਹੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੀ ਗੱਡੀ 'ਚੋਂ ਇੱਕ ਤੇਲ ਲੀਕ ਹੋਇਆ, ਜਿਸਦਾ ਕਿਸ਼ਨਪੁਰ ਚੌਂਕ ਤੋਂ ਲੈ ਕੇ ਦੁਆਬਾ ਚੌਂਕ ਤੱਕ ਰੁੜਦਾ ਗਿਆ, ਔਰ ਲੋਕਾਂ ਦਾ ਲੋਕੀ ਉੱਤੇ ਸਲਿੱਪ ਦੀ ਹੋਏ ਅਤੇ ਲੋਕਾਂ ਦੇ ਸੱਟਾਂ ਵੀ ਲੱਗੀਆਂ। ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਮਾਮਲਾ ਮੇਰੇ ਧਿਆਨ 'ਚ ਨਹੀਂ ਹੈਗਾ, ਉਹਨੇ ਤੁਸੀਂ ਮੈਨੂੰ ਦਿਖਾਇਆ ਵਾ ਆਪਣੇ ਮੋਬਾਈਲ ਤੋਂ, ਅਤੇ ਉਹ ਤਾਂ ਵੈਰੀਫਾਈ ਕਰਦੇ ਹਾਂ ਕੀ ਗੱਲ ਹੈ, ਕਿੱਦਾਂ ਕਿਹਦੀ ਲਾਪਰਵਾਹੀ ਹੈ, ਇਸ 'ਤੇ ਬਣਦੀ ਕਾਰਵਾਈ ਕੀਤੀ ਹੈ। ਅਤੇ ਸਰ, ਕਿਹੜੇ ਉਦਾਂ ਲੋਕਾਂ ਨੂੰ ਮਨਾ ਕੀਤਾ ਗਿਆ? ਪੈਟਰੋਲ ਪੰਪਾਂ 'ਤੇ ਹਦਾਇਤਾਂ ਦਿੱਤੀਆਂ ਗਈਆਂ ਕਿਸੇ ਨੂੰ ਬੋਤਲ 'ਚ ਔਰ ਕੈਨੀ 'ਚ ਤੇਲ ਨਹੀਂ ਪਾਇਆ ਜਾਏਗਾ, ਜਿਸਦੇ ਪੰਜਾਬ ਪੁਲਿਸ ਦੇ ਗੱਡੀ ਦੇ ਵਿੱਚ ਇੱਕ ਡੀਜ਼ਲ ਦੀ ਕੈਨੀ 20 ਲੀਟਰ ਦੀ ਵੇਖ ਕਿਹੜੀ ਸਾਰੀ ਰੁੜਗੀ, ਔਰ ਲੋਕਾਂ ਦਾ ਉੱਥੇ ਨੁਕਸਾਨ ਦੀ ਹੋਇਆ ਸੱਟਾਂ ਵੀ ਲੱਗੀਆਂ। ਕਾਨੂੰਨ ਸਾਰਿਆਂ ਲਈ ਇੱਕੋ ਹੈਗਾ, ਜੇ ਮੁਲਾਜ਼ਮ ਨੇ ਗਲਤੀ ਕੀਤੀ ਉਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਹੈ। ਕੀ ਨਾਮ ਆਪਕਾ? ਹਮਾਰਾ ਨਾਮ ਮਹੰਤ ਸ਼ਾਮ ਸੁੰਦਰ ਬਾਜੀ। ਕਿਆ ਬਾਤ ਕਿਆ ਹੋਈ ਥੀ? ਪੰਜਾਬ ਪੁਲਿਸ ਗਾੜੀ। ਅੱਛਾ ਜੀ। ਉਸ ਗਾੜੀ ਦੇ ਤੇਲ ਭਰਾ ਹੋਇਆ ਥਾ ਡੀਜ਼ਲ, ਉਸ ਕੋ ਲੋਕ ਧਿਆਨ ਨਹੀਂ ਦਿਆ, ਔਰ ਢਕਨ ਪਤਾ ਨਹੀਂ ਕੈਸੇ ਖੋਲ ਕੇ ਰੋਡ ਪਰ ਛਿੜਤੇ ਆ ਰਹੇ ਹੈ, ਔਰ ਐਕਸੀਡੈਂਟ ਬਹੁਤ ਤਕੜੇ ਹੋਤੇ ਜਾ ਰਹੇ ਹੈ ਬੱਚੇ ਕੇ। ਤੋ ਸੜਕ ਮੇਂ ਡੀਜ਼ਲ ਰੁੜਾ ਹੁਆ? ਹਾਂ, ਰੁੜਾ ਹੁਆ। ਤੋ ਪੁਲਿਸ ਵਾਲੇ ਕਿਆ ਕਹਤੇ ਹੈ? ਪੁਲਿਸ ਵਾਲੇ ਨੇ ਕੁਛ ਬੋਲ ਕਰ ਕੇ ਨਹੀਂ ਹੈ, ਉਹ ਕਹਤਾ ਫੈਟ ਲੇਬਰ ਕੋ ਡਿਲੀਵਰ ਔਰ ਕੋਈ ਹੈ। ਓਕੇ। ਇਸ ਕੇ ਬਾਰੇ ਮੇਂ ਕੋਈ ਚੀਜ਼ ਬਤਾ ਨਹੀਂ ਰਹੇ ਹੈ। ਅਬ ਤੱਕ ਕਿਤਨੇ ਲੋਕ ਗਿਰ ਚੁਕੇ ਹੈਂ? 5-6 ਬੰਦੇ ਗਿਰ ਗਏ, ਔਰ ਚੌਂਕ ਸੇ ਵੀ ਆਗੇ ਵੀ ਗਿਰੇ ਹੋਗੇ, ਬੰਦੇ ਕਾਫੀ ਗਿਰੇ ਹੋਗੇ। ਹਾਂਜੀ ਸਰ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਕੀਰਤ ਸਿੰਘ ਹੈ ਜੀ। ਜਸਕੀਰਤ ਜੀ, ਇਹ ਮਿੱਟੀ ਪਵਾ ਰਹੇ, ਕੀ ਗੱਲ ਕੀ ਹੋਈ ਹੈ? ਇਹ ਜੀ ਡੀਜ਼ਲ ਡੁੱਲ ਗਿਆ ਸੀ, ਇਸ ਕਰਕੇ ਮਿੱਟੀ ਪਵਾ ਰਹੇ ਜੀ। ਇਹ ਡੀਜ਼ਲ ਕਿਹੜੀ ਜੀ? ਕਾਫੀ ਆ ਰਹੇ ਬਾਈਕ ਹੋਲ ਸਲਿਪ ਕਰਦੇ ਪਏ ਆ, ਇਸ ਕਰਕੇ ਪਤਾ ਲੱਗਿਆ ਕਿਹੜੀ ਗੱਡੀ ਦਾ ਰੁੜਿਆ ਹੈਗਾ? ਨਹੀਂ, ਸਾਨੂੰ ਤਾਂ ਅਸੀਂ ਤਾਂ ਦੁਕਾਨ ਦੇ ਅੰਦਰ ਬੈਠੇ ਸੀ, ਇਸ ਕਰਕੇ ਦੇਖ ਕੇ 3-4 ਵਾਰੀ ਮੋਟਰਸਾਈਕਲ ਡਿੱਗਦੇ ਪਏ ਤਾਂ ਕਰਕੇ। ਕਿੰਨੇ ਹੁਣ ਤੱਕ ਡਿੱਗ ਚੁੱਕੇ? ਮੁੜ ਘੱਟੋ ਘੱਟ 4-5 ਹੋ ਚੁੱਕੇ ਜੀ। ਪੁਲਿਸ ਦੀ ਗੱਡੀ ਵਿੱਚੋਂ ਸੜਕ ਉੱਤੇ ਡੀਜ਼ਲ ਡੁੱਲਣਾ ਇੱਕ ਵੱਡੀ ਲਾਪਰਵਾਹੀ ਹੈ। ਬੇਸ਼ੱਕ ਇਹ ਅਣਜਾਣੇ ਵਿੱਚ ਹੋਈ ਹੋਵੇ, ਪਰ ਇਸ ਲਾਪਰਵਾਹੀ ਕਰਕੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ, ਕਿਉਂਕਿ ਜਿੱਥੇ ਲੋਕ ਇਸ ਡੀਜ਼ਲ ਦੇ ਉੱਤੇ ਫਿਸਲਣ ਕਰਕੇ ਡਿੱਗੇ ਨੇ, ਉੱਥੇ ਹੀ ਕਿਸੇ ਵੱਡੇ ਹਾਦਸੇ ਨੂੰ ਵੀ ਇਹ ਘਟਨਾ ਅੰਜਾਮ ਦੇ ਸਕਦੀ ਸੀ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਅਤੇ ਪ੍ਰਸ਼ਾਸਨ ਇਸ ਲਾਪਰਵਾਹੀ ਦੇ ਜ਼ਿੰਮੇਵਾਰਾਂ ਨੂੰ ਕੀ ਤਾੜਨਾ ਕਰਦਾ ਹੈ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਅਖੰਡ ਬਾਣੀ ਵਾਸਤੇ।
ਜਲੰਧਰ ਤੋਂ ਨਰਿੰਦਰ ਗੁਪਤਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।